साहब पंजाबी से राणा तारक साहब राणा नासर अली साहब और राणा चाह साहब जो स्टेज पर तशरीफ रमान है और भाई मेहरबानी लो जी तुझे बने नवा टांगा जुड़ा मेहमान ने छानी जी सदके छानी करे सदके पुत्र में जट ले जा मारे बाबा नचना ते जे बिनो छाल मार के ताला चले सर करा बस बाजी ने तेरा कर्जा देना ਨੌਜਵਾਨ ਨਾਨ ਸਟਾਪ ਐਕਸਪ੍ਰੈਸ ਰਾਣਾ ਮਸਤੀ ਬਿਲਕੁਲ ਪਿਆਰ ਬਲ ਪਿਆਰ ਬੜਾ ਹੀ ਸੋਹਣਾ ਸਟਾਈਲ ਹੈ ਵਿਕਾਸ ਬੱਟ ਵਾਂਗੂ ਇਸ ਨੌਜਵਾਨ ਦਾ ਔਰ ਦੂਜੇ ਮੈਂ ਦੇਖ ਰਿਹਾ ਮੋਰ ਵੀ ਜਿਹੜੇ ਕੰਨੀ ਦੇ ਉੱਪਰ ਹੈ ਸਦਕੇ ਮੋਲੀ ਤੇਰੇ ਸਦਕੇ 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 ਮੋਲੀ ਮੋਲੀ ਵਾਸਤੇ ਤਾਲੀਆਂ ਦਾ ਦੋ ਮੋਲੀ ਵਾਸਤੇ ਚੱਕ ਨੰਬਰ 33 ਲੱਗੋ ਬਿਲਕੁਲ ਤਿਆਰ ਬਲ ਤਿਆਰ ਜੀ ਰਸਤੇ ਤੋੜਾਂ ਦੇ ਕਦੇ ਨਾ ਬਦਲ ਹੁੰਦੇ ਕੁਝੀਆਂ ਵਿੱਚ ਸਮੁੰਦਰ ਨਹੀਂ ਪਾਏ ਜਾਂਦੇ ਤਾਰੇ ਕਦੇ ਨਹੀਂ ਅੰਬੜੋ ਲਾਏ ਜਾਂਦੇ ਸੂਰਜ ਕਦੀ ਵੀ ਮੁੱਠੀ ਚ ਨਹੀਂ ਚੜਾਏ ਜਾਂਦੇ ਲੋ ਜੀ ਅਗਲੀ ਰੇਡ ਦੇ ਵਿੱਚ ਚੱਕ ਨੰਬਰ 27 ਦਾ ਨੌਜਵਾਨ ਬਿਲਕੁਲ ਤਿਆਰ ਬਲ ਤਿਆਰ ਪੈਰ ਵਾਂਗਾ ਟੱਚ ਕਰਦਾ ਹੋਇਆ ਰੋ ਸਾਹਿਬ ਫਿਰ ਜਜਮੈਂਟ ਕਰ ਰਹੇ ਨੇ ਇਸ ਖਿਡਾਰੀ ਦੇ ਉੱਪਰ ਸਾਰੀ ਆਵਾਜ਼ ਚੱਲੀਗਾ ਇਸ ਦੇ ਉੱਪਰ ਮੈਂ ਦੇਖ ਰਿਹਾ ਤੁਸੀਂ ਬੜੇ ਚਾਰ ਜਾਫੀ ਖੂਨ ਖਾਰ ਜਾਫੀ ਲੱਗ ਦੋਨੋਂ ਬਰਦੇ ਪੱਕੀ ਕੈਂਚੀ ਠੁੱਕੀ ਹੋਈ ਹੈ ਜੂਰ ਫੜਿਆ ਹੋਇਆ ਸੜਕੇ ਜਵਾਨਾਂ ਤੇਰੇ ਸਦਕੇ 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 ਲੇਕਿਨ ਜੋ ਰੈਫਰੀ ਦਾ ਫੈਸਲਾ ਹੈ ਨੰਬਰ ਕੇ ਦੇ ਖਾਤੇ ਜੁੜਦਾ ਹੈ ਨੰਬਰ 34 ਦੇ ਨੰਬਰ ਚੱਕ ਨੰਬਰ 27 ਦੇ ਜਨੂਬੀ ਤੇ ਸ਼ਮਾਲੀ ਦਾ ਯਾਰ ਰੇਡ ਦੇ ਉੱਪਰ ਨਹੀਂ ਮਾਵਾਂ ਚੰਮਦੀਆਂ ਮੁਹੰਮਦ ਮੁਸਲਮ ਵਾਂਗੂ ਰੋਜ਼ ਦਿਹਾੜੇ ਮਾਰ ਕੇ ਪੁੱਤ ਦੀਆਂ ਉਂਗਲਾਂ ਵਿੱਚ ਗਬਲੂ ਸਜਣਾ ਵਾਲੇ ਫਿਰ ਚੀਤੇ ਵਰਗੀਆਂ ਪੁੱਠੀਆਂ ਤੇ ਬਾਲ ਚੀ ਹੈ ਅੱਗ ਨਹੀਂ ਮੂਸਾ ਵਰਗੇ ਚਮੜੇ ਕੁਛ ਸਾਈ ਹੋਣਗੇ ਲੱਖ ਕੁਛ ਸਾਈ ਹੋਣਗੇ ਮੱਖ ਮੋਈ ਦੀ ਲਾਈਨਾ ਇੰਨਾ ਜੀ ਬਿਲਕੁਲ ਤਿਆਰ ਹੋ ਗਏ ਦੇਵਾਨ ਪਰਿਆ ਇਹ ਬਗਲਾ ਲੇਕਿਨ ਮੋਲਵੀ ਪੈ ਡਾ ਕੇ ਮਰਦਾ ਲਗਾ ਲੇਕਿਨ ਨੰਬਰ ਮੋਲਵੀ ਦਾ ਨੰਬਰ ਚੱਕ ਨੰਬਰ 33 ਦਾ ਜੀ ਅੱਜ ਸਾਡੇ ਮਹਿਮਾਨ ਰਾਣਾ ਤਾਰਕ ਸਾਹਿਬ ਔਰ 24 ਜ਼ਫਰੀ ਮਾਰ ਕੋਗੀ ਸਾਹਿਬ ਚੌਧਰੀ ਤਾਰਕ ਨਾਇਕ ਸਾਹਿਬ ਔਰ ਚੌਧਰੀ ਜ਼ਫਰ ਇਕਬਾਲ ਟਰਾਂਸਪੋਰਟਰ ਗੋਬੀ ਸਾਹਿਬ ਜਿਹੜੇ ਸਟੇਜ ਉੱਤੇ ਤਸ਼ਰੀਫ ਫਰਮਾ ਰਹੇ ਅੱਜ ਸਾਡੇ ਮੁੱਖ ਮਹਿਮਾਨ ਬਿਲਕੁਲ ਮਿਹਰਬਾਨ ਲੱਖਾਂ ਦੀਆਂ ਮੁਬਾਰਕਾਂ ਨੱਬੇ ਸ਼ਮਾਲੀ
ਤੇਈ ਜਨੂਬੀ ਸ਼ਮਾਲੀ ਤੇ ਜਨੂਬੀ ਲੈਣਾ ਚਾਹੁੰਦਾ ਪੰਜਾਬ ਦਾ ਨਹੀਂ ਕਹਿਣਾ ਚਾਹੀਦਾ। ਮਿਹਰਬਾਨੀ ਕਰੋ ਭਾਜੀ ਟਾਈਮ ਦੀ ਪਾਬੰਦੀ ਕਰ ਰਹੇ ਜਿਹੜੀ ਅੱਜ ਗਰਾਊਂਡ ਦੇ ਵਿੱਚ ਆ ਜਾਓ ਔਰ ਅਗਲੀ ਕਬੱਡੀ ਦੇ ਉੱਪਰ ਨੌਜਵਾਨ ਬਿਲਕੁਲ ਤਿਆਰ ਪਰ ਤਿਆਰ ਹੈ ਸਾਬਤ ਦੀ ਗੱਚ ਨੂੰ ਪੁੰਡਾ ਔਰ ਲੱਗੇ ਹੋਈ ਕੈਂਚੀ ਪਕੜਿਆ ਜ਼ੋਰ ਬੜਿਆ ਨੌਜਵਾਨ ਨੇ ਬਿਲਕੁਲ ਢਾ ਕੇ ਬਹਿ ਗਿਆ ਪੁਰਾਣੇ ਅਖਬਾਰ ਵਾਂਗੂ। ਹਾਲੇ ਤੱਕ ਕੋਈ ਮੁੱਕਾ ਨਹੀਂ ਪੁੱਟਿਆ ਜਾ ਰਿਹਾ ਸਮਾਨ ਨੂੰ ਕੋਈ ਕਹਿੰਦਾ ਲਾਸ ਹੋ ਰਹੇ ਕੋਈ ਕਹਿੰਦਾ ਚੁੱਕ ਅਜੀ ਅਗਲੀ ਕਬੱਡੀ ਪਰ ਨਾਨ ਸਟਾਪ ਐਕਸਪ੍ਰੈਸ ਰਾਣਾ ਮਸਤੀ ਚਸਤੀ ਮਸਤੀ ਮੁਹੰਮਦ ਮੋਹਸਨ ਹਲਕਾ ਜਿਹਾ ਟੱਚ ਮਾਰ ਰਿਹਾ ਲਗਾ ਰਿਹਾ ਤੋ ਦਰਿਆ ਕਰ ਚਵੇ ਵੇਲੇ ਨਿਤ ਨਹੀਂ ਰਹਿੰਦੇ ਕਦੀ ਸ਼ਾਹ ਵੀ ਹੋ ਮੁਹਤਾਜ ਮੇ ਦਿਨ ਮੁਝ ਮੇਲੇ ਨਿਤ ਨਹੀਂ ਰਹਿੰਦੇ ਕਦੀ ਗੁਰੂ ਵੀ ਕ੍ਰਿਸ਼ਨ ਵਿੱਚ ਆਵੇ ਨੇ ਭੁੱਖੇ ਚੇਲੇ ਨਿਤ ਨਹੀਂ ਰਹਿੰਦੇ ਸ਼ਾਹ ਕਹਿ ਦਿਆ ਬਿਸਮਲ ਮੁਸ਼ਤਾਕ ਮੇ ਦਿਨ ਮੁਝ ਮੇਲੇ ਨਿਤ ਨਹੀਂ ਰਹਿੰਦੇ। ਲੈ ਜੀ ਇਸਨੇ ਜ਼ੋਰ ਪਿਆਇਆ ਲਗਾ ਨੇ ਦੋਨੇ ਲੱਤਾਂ ਬੜੇ ਹੀ ਸਖਤੀ ਦੇ ਨਾਲ ਪਕੜੀਆਂ ਜਾਂ ਲੇਕਿਨ ਨੰਬਰ ਹੈ ਜੋ ਚੱਕ ਨੰਬਰ 27 ਦੇ ਖਾਤੇ ਬਿਲਕੁਲ ਤਿਆਰ ਬਚਾ ਰਹੇ ਗਰਾਊਂਡ ਨਾ ਵੇਖਦੇ
ਕਬੱਡੀ ਦਾ ਨਾਮ ਇਹਨੇ ਚਮਕਾਇਆ ਹੋਇਆ ਹੈ ਔਰ ਦੂਜੇ ਬੰਨੇ ਚਾਰ ਜਾਫੇ ਕੰਨਾਂ ਵਰਗੇ ਤਿਆਰ ਬਰ ਤਿਆਰ ਜੀ ਭਾਬੀ ਅੱਗੇ ਵਰਤੀ ਚੱਕਰ ਮਸਤਾਈ ਰਾਣਾ ਨਾਸਰ ਅਲੀ ਸਾਹਿਬ ਦੇ ਕਹਿੰਦੇ ਜੀ ਬੜੇ ਲਾਗਣਾ ਹੀ ਸ਼ਗਿਰਦ ਹੈ ਰਾਣਾ ਮਸਤੀ ਨਾਨ ਸਟਾਪ ਐਕਸਪ੍ਰੈਸ ਜੋ ਕਿ ਪੁਲ ਪੁਲ ਕਲਮੇ ਨਾਲ ਅਟੈਕ ਕਰਨਾ ਹੋਇਆ ਨੌਜਵਾਨ ਸਦਕੇ ਮੌਲਵੀ ਤੇਰੇ ਸਦਕੇ 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 ਜੀ ਇਸ ਵੇਲੇ ਲੱਗ ਰਿਹਾ ਤਕੜਾ ਚੱਪਾ ਹਾਲੇ ਤਾਂ ਕੋਈ ਮੌਕਾ ਨਹੀਂ ਦਿੱਤਾ ਜਾ ਰਿਹਾ ਤਾੜੀਆਂ ਮਾਰ ਔਰ ਅਗਲੀ ਕਬੱਡੀ ਪਰ ਨੌਜਵਾਨ ਅਰਸ਼ਦ ਮਸੀ ਚੱਕ ਨੰਬਰ ਤੇਈ ਦਾ ਸਟੇਜ ਤੇ ਆਈਏ ਅਰਸ਼ਦ ਮਸੀ ਕਾਰ ਬਿਲਕੁਲ ਤਿਆਰ ਬਰ ਤਿਆਰ ਰੱਬ ਨੂੰ ਯਾਦ ਕਰ ਰਿਹਾ ਗੱਭਰੂ ਰੇਡ ਦੇ ਉੱਪਰ ਦੇਖ ਗੁੰਦੇ ਸਰੀਰ ਦੇ ਗੱਭਰੂਆਂ ਦੇ ਚੰਗ ਚੰਗ ਭੂੜੀਆਂ ਦੇ ਜਿਸੇ ਕਮਾਲ ਦੇ ਨੇ ਕੋਈ ਮੁਹੰਮਦ ਮੌਸਮ ਦੇ ਕੋਈ ਰਾਣਾ ਮਸਤੀ ਕਹਿਵਾ ਦੇ ਨੇ ਗੱਭਰੂ ਸੋਹਣੇ ਪੰਜਾਬ ਦੇ ਰਾਣਾ ਲੁਕਮਾਨ ਸਾਹਿਬ ਦੀ ਮਾਨ ਤਰਾਂ ਇਸ ਇਲਾਕੇ ਦਾ
ਲੁਕਮਾਨ ਪਲਵਾਨ ਸਾਹਿਬ ਜੀ ਵੈਲਕਮ ਜੀ ਆਇਆਂ ਨੂੰ ਲੱਖਾਂ ਜੀ ਮੁਬਾਰਕਾਂ ਸਾਬਕਾ ਕਬੱਡੀ ਦੇ ਪਲੇਅਰ ਨੇ ਸ਼ਮਾਲੀ ਜਨੂਬੀ ਦੋਨੇ ਟੀਮਾਂ 23 ਤੇ 90 ਜਿਹੜੀਆਂ ਵੀ ਗੋਲ ਦੇ ਚਾਜੂ ਜੀ ਔਰ ਮੁਹੰਮਦ ਮੋਸਨ ਹੈ ਜੋ ਰੇਡ ਦੇ ਉੱਪਰ ਹੈ ਨਵਾਨ ਬਿਲਕੁਲ ਤਿਆਰ ਪਰ ਤਿਆਰ ਦੇ ਨੰਬਰ 4 ਦੇ ਉੱਪਰ ਕਦਾ ਵਰਗੇ ਉਡੀਕਦੇ ਨੇ ਇਸ ਨੌਜਵਾਨ ਨੂੰ ਸਦਕੇ ਜਵਾਨਾਂ ਨੇ ਸਦਕੇ ਪੁੱਟੀਆਂ ਸੀ ਬਾਰ ਬਾਰ ਛਿੱਬੀਆਂ ਪਿੱਛੇ ਰੱਬ ਠੀਕ ਆ ਠੀਕ ਆ ਠੀਕ ਆ ਮੁਹੰਮਦ ਮੋਸਨ ਨੂੰ ਗੱਲ ਕਸੂਤੀ ਬਣੇਗੀ ਲੇਕਿਨ ਰੈਫਰੀ ਸਾਹਿਬ ਦੀ ਫੁੱਲ ਜਜਮੈਂਟ ਇਸ ਜੱਫੇ ਦੇ ਉੱਪਰ ਨੰਬਰ ਚੱਕ ਨੰਬਰ 3 ਦਾ ਨੰਬਰ ਜਾਫੀ ਦਾ ਜੀ ਔਰ ਅਗਲੀ ਕਵਰ ਨੰਬਰ ਵੀ ਦੇਖ ਰਿਹਾ ਚਾਚਾ ਡਾਰੀਆ ਦਾ ਜੀ ਅੱਜ ਵੇਖਣਾ ਚਾਚਾ ਤੇਰਾ ਜ਼ੋਰ ਸਜਣਾ ਜਵਾਨੀ ਸਾਹਮਣੇ ਤੇ ਲੁੱਟ ਕੇ ਲੈ ਜੂਗੀ ਹੋ ਸਜਣਾ ਰਾਣਾ ਫਜੀ ਦੀ ਸ਼ਾਨ ਸੇ ਜਿੱਤ ਕੇ ਜਾਣਾ ਆਪਣਾ ਨਹੀਂ ਹਾਰ ਕੇ ਟੱਪੂ ਯਾਰ ਸਾਡੇ ਸਟੇਜ ਤੇ ਬੈਠੇ ਨੇ ਬੀਮਾਨ ਹਸਨ ਸਾਹਿਬ ਰਾਣਾ ਆਫਤਾਬ ਸਾਹਿਬ ਰਾਣਾ ਨਾਸਰ ਅਲੀ ਸਾਹਿਬ ਬਗਲਾ ਹਲੇ ਤੱਕ ਕੋਈ ਨੀ ਮੌਕਾ ਦਿੱਤਾ ਜਾ ਰਿਹਾ ਇਸ ਨੌਜਵਾਨ ਨੂੰ ਮੁਹੰਮਦ ਜ਼ਿਸ਼ਾ ਜੋ ਚੱਪੇ ਨੇ ਬੜਾ ਬੜਾ ਤਕੜਾ ਖੂਨਖਾਰ ਜਾਤੀ ਸਮੇਂ ਬੜਾ ਤਕੜਾ ਜਿਹਾ ਲਗਾਇਆ ਕੋਈ ਤਾੜੀਆਂ ਮਾਰ ਦਿਓ ਤਾੜੀਆਂ ਮਾਰ ਕੇ ਰੱਬ ਨੂੰ ਨਾਮਾ ਜ਼ੋਰ ਨਾਲ ਤਾੜੀ ਮਾਰ ਦੇ ਜ਼ਿੰਦਾਬਾਦ ਸੋਇਆ ਜ਼ਿੰਦਾਬਾਦ ਹਲਕੀ ਜਿਹੀ ਸੱਟ ਮਹਿਸੂਸ ਕਰਦਾ ਹੈ ਨਗਾਨ ਮਾਲਕ ਰਹਿਮ ਕਰੇ ਕਿਰਪਾ ਕਰੇ ਕਿਸੇ ਰਾਣਾ ਜਵੇਦ ਸਾਹਿਬ ਤੁਸੀਂ ਮੇਰਾ ਤਸ਼ਰੀਫ ਲੈ ਕੇ ਜਾਓ ਜੀ ਮਿਹਰਬਾਨੀ ਕਰੋ ਲੋ ਜੀ ਸਿਵਲ ਪੁੱਲ ਪੁੱਲ ਕਲਮਾਂ ਦੇ ਨਾਲ ਰਾਣਾ ਅਜਵੇਦ ਸਾਹਿਬ ਔਰ ਉਹਨਾਂ ਦੇ ਕੁਝ ਸਾਥੀ ਹਲਕੇ ਕਲਮਾਂ ਦੇ ਨਾਲ ਤਾਰਫੀ ਪ੍ਰੋਗਰਾਮ ਕਰਨ ਜਾ ਰਹੇ ਨੇ ਮਹਿਮਾਨਾਂ ਦੇ ਨਾਲ ਔਰ ਦੂਜੇ ਨੰਬਰ ਦੀ ਟੀਮ ਚੱਕ ਨੰਬਰ 37 33 ਔਰ ਚੱਕ ਨੰਬਰ 27 ਫੌਜੀ ਦਿਲਸ਼ਾਹ ਸਾਹਿਬ ਸਾਡੇ ਅੱਜ ਦੇ ਮੁੱਖ ਮਹਿਮਾਨ ਰਾਣਾ ਇਦਹਾਰ ਔਰ ਅਗਲੇ ਗਾਣੇ ਦੀ ਵਜੀ ਨਵੋਦੇ ਵਰਗੇ ਸਿਰੇ ਮੈਦਾਨ ਚ ਆ ਜਾਓ ਰਾਣਾ ਆਫਤਾਬ ਸਾਹਿਬ ਰਾਣਾ ਇਜ਼ਹਾਰ ਸਾਹਿਬ ਰਾਣਾ ਤਾਰਕ ਸਾਹਿਬ ਰਾਣਾ ਜਵੇਦ ਸਾਹਿਬ
ਰਾਣਾ ਨਾਸਰ ਅਲੀ ਸਾਹਿਬ ਦੇ ਵਿਚਾਰ ਦੇ ਪ੍ਰੋਗਰਾਮ ਕਰਕੇ ਹੁਣ ਫੌਜੀ ਦੇ ਸ਼ਾਹ ਸਾਹਿਬ ਸਾਡੇ ਅੱਜ ਮੁੱਖ ਮਹਿਮਾਨ ਰਾਣਾ ਇਲਾਹਾਰ ਹਸਨ ਸਾਹਿਬ ਸਾਬਕਾ ਨਾਦਮ ਚੱਕ ਨੰਬਰ 31 ਰਾਣਾ ਆਫਤਾਬ ਸਾਹਿਬ ਸਟੇਜ ਉੱਪਰ ਬਿਲਕੁਲ ਚੋਰ ਨੂੰ ਚੱਲ ਕੇ ਚਮਕਦੇ ਹੋਏ ਚਿਹਰੇ ਬੜੀ ਬੜੀ ਮਿਹਰਬਾਨੀ ਜੀ ਲੱਖਾਂ ਦੀਆਂ ਮੁਬਾਰਕਾਂ ਔਰ ਰਾਣਾ ਦਿਲਸ਼ਾਦ ਸਾਹਿਬ ਜੋ ਕਿ ਸਾਡੇ ਮੁੱਖ ਮਹਿਮਾਨ ਨੇ ਰਾਣਾ ਇਲਾਹਾਰ ਹਸਨ ਸਾਹਿਬ ਬੜੀ ਖੁਸ਼ੀ ਮਹਿਸੂਸ ਕਰਦੇ ਨੇ ਬੜੀ ਮਿਹਰਬਾਨੀ ਕਰਦੇ ਨੇ ਰਾਣਾ ਦਿਲਸ਼ਾਦ ਸਾਹਿਬ ਜੀ ਜੋ ਕਿ ਲੱਖਾਂ ਦੀਆਂ ਕੀਮਤੀ ਵਕਤ ਰਾਣਾ ਦਿਲਸ਼ਾਦ ਨੂੰ ਇੱਕ ਵਧੀ ਵਾਸਤੇ ਦਿੱਤਾ ਤੁਹਾਡੀ ਬੜੀ ਬੜੀ ਮਿਹਰਬਾਨੀ ਰਾਣਾ ਇਲਾਹਾਰ ਹਸਨ ਸਾਹਿਬ ਵੱਲੋਂ ਲੱਖਾਂ ਦੀਆਂ ਮੁਬਾਰਕਾਂ ਬੜੀ ਬੜੀ ਮਿਹਰਬਾਨੀ ਜੀ ਮੇਰੀ ਨਕਬਤ ਸ਼ਮਾਰੀ ਦੀ ਟੀਮ।